ਗ੍ਰੰਥੀ ਸਿੰਘ ਨੇ ਆ ਕੇ ਕੀ ਕੰਮ ਚੰਗਾ ਕੀਤਾ, ਕੀ ਮਾੜਾ ਕੀਤਾ? ਕੋਈ ਕੰਮ, ਕੋਈ ਪਰਸੈਂਟ, ਕੋਈ ਮਾੜਾ, ਕੋਈ ਗਲਤ, ਕੋਈ ਹੋਏ ਨੀ? ਇਹਦੇ ਪਰਿਵਾਰ ਕਿੱਦਾਂ ਦੇ ਨੇ? ਠੀਕ ਠਾਕ ਨੇ ਜੀ। ਸਿੰਘ ਸਾਹਿਬ, ਕੋਈ ਇਹਦੇ ਬੱਚੇ ਕੋਈ ਸ਼ਰਾਬੀ ਜਾਂ ਨਸ਼ੇੜੀ ਜਾਂ ਕਿਸੇ ਕਿਸਮ ਦਾ? ਇਹਨਾਂ ਦੇ ਬੱਚੇ ਵੀ ਦੇਖੀ ਹੁਣ, ਇਹਨਾਂ ਦੇ ਬੱਚੇ ਵੀ ਸਹੀ ਨੇ? ਠੀਕ ਹੈ, ਸਾਰਿਆਂ ਨੇ ਅੰਮ੍ਰਿਤ ਛਕਿਆ ਹੋਇਆ। ਗੁਰਤ ਘਰ ਘਰ ਦੇ ਵਿੱਚ ਜਾਣ ਵਾਲੇ ਬੰਦੇ ਨੇ ਇਹ, ਪਤਾ ਕੀ ਹੈ, ਸੇਵਾ ਕਰਦੇ ਨੇ। ਅਸੀਂ ਦੇਖਿਆ ਆਪਣੀ ਅੱਖੀ ਦੇਖ ਕੇ, ਅਸੀਂ ਨਹੀਂ ਕਹਿ ਰਹੇ। ਭਾਈ ਸਾਹਿਬ ਜੀ, ਤੁਹਾਡੇ ਨਾਲ ਕੀ ਗੱਲ ਕੀ ਹੋਈ ਹੈ ਜਿਹੜੇ ਤੁਸੀਂ ਸਤਿਕਾਰ ਕਮੇਟੀ ਨੂੰ ਫੋਨ ਕੀਤਾ? ਇਹ ਜੀ ਗੱਲ ਇੱਦਾਂ, ਮੈਂ ਇੱਕ ਸਾਲ ਤੋਂ ਪਿੰਡ ਹਰਲਾਲਪੁਰੇ ਵਿਖੇ ਆਪਣਾ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਕਰ ਰਿਹਾ। ਇੱਕ ਸਾਲ ਤੋਂ ਸੰਗਤ ਨਾਲ ਰਾਬਤਾ ਕਾਇਮ ਕਰਿਆ, ਉਹਦੇ ਬੱਚੇ ਜੋੜੇ ਗੁਰਬਾਣੀ ਦੀ ਸੰਥਿਆ ਕਰਾਉਂਦਾ ਤਾ, ਪੱਗਾਂ ਸਿਖਾਉਣੀਆਂ, ਦਮਾਲੇ ਬੰਨਣੇ ਸਿਖਾਉਣੇ, ਸਾਰਾ ਗੁਰਮਤ ਦਾ ਪ੍ਰਚਾਰ ਵਧੀਆ ਹੋ ਰਿਹਾ ਤਾ। ਇਹ ਮਤਲਬ ਜਿਹੜੀ ਪ੍ਰਬੰਧਕ ਕਮੇਟੀ ਆ ਸਾਡੇ, ਇਹ ਤੁਸੀਂ ਆਪਣੇ ਸਰਪੰਚ ਸਾਹਿਬ ਨੂੰ ਪੁੱਛ ਸਕਦੇ, ਜਿਹੜੇ ਉਰੇ ਮੌਜੂਦਾ ਸਰਪੰਚ ਆ ਭਾਈ ਗੁਰਦਾ ਸਿੰਘ। ਕੋਈ ਨਹੀਂ, ਕੋਈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਫਤਿਹਗੜ੍ਹ ਸਾਹਿਬ ਦੇ SSP ਸਾਹਿਬ ਨੂੰ ਮਿਲੇ ਹਾਂ। ਜੋ ਮਾਮਲਾ ਪਿਛਲੇ ਦਿਨਾਂ ਤੋਂ ਗ੍ਰੰਥੀ ਸਿੰਘ ਦੇ ਧੱਕਾ ਮੁੱਕੀ ਕਰਕੇ ਉਹਨਾਂ ਕੋਲ ਚਾਬੀਆਂ ਖੋਹੀ ਗਈਆਂ ਪਿੰਡ ਹਰਲਾਲਪੁਰ ਦੇ ਵਿੱਚ, ਉਹਦੇ ਸੰਬੰਧ ਵਿੱਚ ਅਸੀਂ ਅੱਜ ਇਕੱਠੇ ਹੋ ਕੇ ਤੇ ਆਏ ਹਾਂ। ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ। ਕਈ ਦਿਨਾਂ ਤੋਂ ਉਹਨਾਂ ਨੂੰ SHO ਬੁਲਾ ਲੈਂਦਾ, ਭੇਜ ਦਿੰਦਾ ਵਾ, ਬੁਲਾ ਲੈਂਦਾ, ਭੇਜ ਦਿੰਦਾ ਵਾ, ਕੋਈ ਸੁਣਵਾਈ ਨਹੀਂ ਹੋ ਰਹੀ। ਨਾ ਉਹਨਾਂ ਦੇ ਸ਼ਰਾਰਤੀ ਅਨਸਰਾਂ 'ਤੇ ਪਰਚਾ ਦਰਜ ਹੋ ਗਿਆ, ਕਿਉਂਕਿ ਪੋਲੀਟੀਕਲ ਦਬਾਅ ਆ ਜਿਹੜਾ ਉਹ ਕਾਂਗਰਸ ਪਾਰਟੀ ਦੇ ਜਿਹੜੇ MLA ਨੇ, ਉਹਨਾਂ ਦਾ ਕੋਈ ਰਿਸ਼ਤੇਦਾਰ ਵੀ ਉਹਨਾਂ ਦੇ ਵਿੱਚ ਆ, ਕਮੇਟੀ ਮੈਂਬਰਾਂ ਦੇ ਵਿੱਚ, ਇਸ ਕਰਕੇ ਜਿਹੜਾ ਸਾਰਾ ਮਾਮਲਾ ਦਬਾਇਆ ਗਿਆ। ਅਤੇ ਇਹ ਜਿਹੜਾ ਨਹੀਂ ਸੁਣਵਾਈ ਹੋਇਆ, ਅਤੇ ਤੁਸੀਂ ਅਗਲੇ ਤੁਸੀਂ ਕੀ ਕਾਰਵਾਈ ਕਰਨ ਜਾ ਰਹੇ? ਅਸੀਂ SSP ਸਾਹਿਬ ਮੰਗ ਪੱਤਰ ਦਿੱਤਾ, ਉਹਨਾਂ ਨੇ DSP ਜਿਹੜੇ ਉਹਨਾਂ ਨੂੰ ਖੱਟ ਸਾਹਿਬ ਨੂੰ ਐਪਲੀਕੇਸ਼ਨ ਭੇਜਦੀ ਹੈ। ਉਹਨਾਂ ਨੇ ਵੀ ਸਾਡੀ ਗੱਲਬਾਤ ਬੜੇ ਧਿਆਨ ਨਾਲ ਸੁਣੀ ਹੈ। ਉਹ ਕਹਿੰਦੇ ਵੀ ਇਸ ਮਾਮਲੇ ਨੂੰ ਹੱਲ ਕਰਾਵਾਂਗੇ ਜਲਦੀ ਤੋਂ ਜਲਦੀ, ਜੇ ਨਹੀਂ ਪ੍ਰਸੈਸ਼ਨ ਕਰਦਾ ਤਾਂ ਫਿਰ ਸਾਨੂੰ ਆਪ ਹੀ ਸਖ਼ਤ ਸਟੈਂਡ ਕੋਈ ਨਾ ਕੋਈ ਲੈਣਾ ਪਊਗਾ, ਅਗਲਾ ਸਟੈਂਡ ਜਿਹੜਾ ਸਖ਼ਤੀ ਲਵਾਂਗੇ। ਕਿਉਂਕਿ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਨੇ, ਉਹ ਗ੍ਰੰਥੀ ਸਿੰਘ ਬੜੇ ਸਤਿਕਾਰਯੋਗ ਨੇ, ਬਾਬਾ ਬੁੱਢਾ ਸਾਹਿਬ ਦੀ ਪਦਵੀ ਦੇ ਮਾਲਕ ਨੇ, ਅਤੇ ਉਹਨਾਂ ਉੱਤੇ ਕਿ ਜਿੰਨੇ ਵੀ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਗ੍ਰੰਥੀ ਸਿੰਘਾਂ ਉੱਤੇ ਕੋਈ ਧੱਕਾ ਹੁੰਦਾ ਤਾਂ ਉਹਨਾਂ ਨੂੰ ਬਿਲਕੁਲ ਸਾਡੀ ਸਿੱਖ ਸੰਗਤ ਨੂੰ ਉਹਦੇ ਨਾਲ ਖੜਨਾ ਚਾਹੀਦਾ। ਪਰ ਉਹਨਾਂ ਦੇ ਵੱਡੀ ਗੱਲ ਕਿਹੜੀ ਹੈ ਕਿ ਉਹਨਾਂ ਦੇ ਪਿੰਡ ਦੀ ਸੰਗਤ 70-80 ਉਦਣ ਵੀ ਆਏ ਸੀਗੇ, ਅਤੇ ਅੱਜ ਵੀ ਬੀਬੀਆਂ ਅਤੇ ਵੀਰ ਉਹਨਾਂ ਦੇ ਪਿੰਡ ਵਿੱਚੋਂ ਕਾਫੀ ਭਾਰੀ ਤਾਦਾਦ ਵਿੱਚ ਥਾਣੇ 'ਚ ਆਏ ਨੇ, ਬੈਠੇ ਨੇ ਉੱਥੇ, ਅਸੀਂ ਵੇਖ ਕੇ ਆਏ ਉਹਨਾਂ ਨੂੰ। ਸੋ ਪਿੰਡ ਦੇ ਜਿਹੜੇ ਪੰਚਾਇਤ ਆਪਣੇ ਕਮੇਟੀ ਮੈਂਬਰ ਨੇ, ਉਹ ਸ਼ਰਾਬੀ, ਕਲੀਨ ਸ਼ੇਵ ਅਤੇ ਬੇਅਮਰਤੀਏ, ਵਡਭਾਗੀਏ, ਉਹ ਬੰਦੇ ਨੇ, ਉਹ ਅਕਾਲ ਤਖਤ ਸਾਹਿਬ ਨਵੇਂ ਦੀ ਉਲੰਘਣਾ ਵਾ। ਕਿਉਂਕਿ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਜਿਹੜੇ ਜਿੰਨੇ ਵੀ ਕਮੇਟੀ ਮੈਂਬਰ ਨੇ ਗੁਰੂ ਘਰਾਂ ਦੀਆਂ,
ਉਹ ਕਮੇਟੀ ਮੈਂਬਰ ਜਿਹੜੇ ਅੰਮ੍ਰਿਤਧਾਰੀ ਹੋਣੇ ਚਾਹੀਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਪਿੰਡ ਹਲਾਲਪੁਰੇ 'ਚ ਮਤਲਬ ਜਿਹੜਾ ਗ੍ਰੰਥੀ ਸਿੰਘ ਹੈ ਬਹੁਤ ਵਧੀਆ, ਬਹੁਤ ਵਧੀਆ। ਅਤੇ ਜਿਹੜੀ ਕਮੇਟੀ ਬਣੀ ਹੈ ਸਾਡੇ ਪਿੰਡ ਦੀ, ਉਹਦੇ ਵਿੱਚ ਅੰਮ੍ਰਿਤਧਾਰੀ ਨਹੀਂ ਹੈਗੇ, ਸ਼ਰਾਬ ਪੀਂਦੇ ਨੇ, ਰਾਤ ਨੂੰ ਸ਼ਰਾਬ ਪੀਂਦੇ ਨੇ, ਦਿਨੇ ਗਾਤਰੇ ਲਟਕਾ ਲੈਂਦੇ ਨੇ ਝੂਠੇ। ਅੱਛਾ ਜੀ। ਇਸ ਕਰਕੇ ਬਾਬਾ ਜੀ 'ਤੇ ਇਲਜ਼ਾਮ ਲਾਉਂਦੇ ਨੇ ਕਿਉਂਕਿ ਬਾਬਾ ਜੀ ਉਹਨਾਂ ਨੂੰ ਪਸੰਦ ਨਹੀਂ, ਕਿ ਬਾਬਾ ਜੀ ਮਤਲਬ ਨਿਤਨੇਮੀ ਨੇ, ਬਾਬਾ ਜੀ ਮਤਲਬ ਰੈਕਾਂ ਵਾਲੇ ਨੇ, ਨਸ਼ਾ ਪੱਤਾ ਬਾਬਾ ਜੀ ਦੇ ਵਿੱਚ ਕੋਈ ਨਹੀਂ, ਨਾ ਬਾਬਾ ਜੀ ਦੇ ਪਰਿਵਾਰ ਵਿੱਚ। ਬਾਬਾ ਜੀ ਦੀ ਘਰ ਵਾਲੀ ਨੇ ਅੰਮ੍ਰਿਤ ਛਕਿਆ ਹੈ, ਹੈ ਨਾ, ਬੱਚਿਆਂ ਨੇ ਅੰਮ੍ਰਿਤ ਛਕਿਆ, ਬਹੁਤ ਵਧੀਆ ਨੇ, ਹੈ ਨਾ, ਬਹੁਤ ਹੀ ਜ਼ਿਆਦਾ ਵਧੀਆ ਨੇ, ਕਿ ਬਾਬਾ ਜੀ ਨੂੰ ਅਸੀਂ ਜਾਣ ਨਹੀਂ ਦਿਆਂਗੇ, ਬਾਬਾ ਜੀ ਨੂੰ ਅਸੀਂ ਇੱਥੇ ਰੱਖਾਂਗੇ। ਅਤੇ ਬਾਬਾ ਜੀ ਤੁਹਾਡੇ ਵਾਸਤੇ ਕੀ ਉਪਰਾਲਾ ਕੀਤਾ ਜਿਹੜੀ ਤੁਸੀਂ ਇੰਨਾ ਸੰਘਰਸ਼ ਕਰਦੇ ਹੋ? ਬਾਬਾ ਜੀ ਨੇ ਸਾਡੇ ਬੱਚਿਆਂ ਨੂੰ ਮਤਲਬ ਸਿੱਧੀ ਲਾਈਨ 'ਤੇ ਲਾਇਆ। ਅੱਛਾ। ਬਾਬਾ ਜੀ ਨੇ ਸਾਡੇ ਪਿੰਡ ਵਿੱਚ ਮਤਲਬ ਸੁਧਾਰ ਕੀਤਾ, ਹੈ ਨਾ, ਇਸ ਕਰਕੇ ਅਸੀਂ ਸਿਆਣੇ ਹਾਂ ਕਿ ਸਾਡੇ ਆਉਣ ਵਾਲੇ ਬੱਚਿਆਂ ਦੇ 'ਤੇ ਸੁਧਾਰ ਹੋ ਰਿਹਾ ਹੈ, ਕਿ ਸਾਡੇ ਬੱਚੇ ਖਰਾਬੀ ਨਾ ਕਰਨਗੇ, ਸਿਆਣੇ ਫਿਰ ਰਹਿਣ 'ਚ ਰਹਿਣਗੇ, ਸਿਆਣੇ ਬਣਨਗੇ, ਹੈ ਨਾ। ਇਸ ਕਰਕੇ ਜਿਹੜੀਆਂ ਮਾਵਾਂ ਹੁੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਚੰਗਾ ਗ੍ਰੰਥੀ ਹੋਏਗਾ ਅਤੇ ਸਾਡੇ ਬੱਚੇ ਅੱਗੋਂ ਸਹੀ ਹੋਣ। ਜਿਹੜੇ ਨਸ਼ੇ ਪੱਤੇ ਪੱਤੇ 'ਚੋਂ ਬੱਚੇ ਲੱਗੇ ਹੋਏ ਉਹਦੇ ਤੋਂ ਆਪਸ ਬਚਾਅ ਹੋ ਰਿਹਾ? ਬਾਬਾ ਜੀ ਨੇ ਬਚਾਓ ਕੀਤਾ ਕੀਤਾ ਹੈ, ਬਾਬਾ ਜੀ ਨੇ ਸੁਧਾਰ ਕਰ ਰਹੇ ਹਨ। ਬਾਬਾ ਜੀ ਗੁਰਦੁਆਰੇ ਦੇ ਚਾਬੀਆਂ ਦੇ ਕੀ ਰੌਲਾ ਸੀ? ਅਸੀਂ ਕਮੇਟੀ ਦਾ ਗੁਰਦੀਪ ਸਿੰਘ ਜੀ ਪ੍ਰਧਾਨ ਨੇ, ਮੇਰੇ ਨਾਲ ਖੜੇ ਨੇ। ਠੀਕ ਹੈ ਜੀ। ਅਸੀਂ ਸਾਰੀ ਕਮੇਟੀ ਇਹਦੇ ਕੋਲ ਗਏ ਹਾਂ, ਇਹਨਾਂ ਨੇ ਸਾਨੂੰ 8 ਤਰੀਕ ਦਾ ਕਿਹਾ ਸੀ ਵੀ ਚਲੇ ਜਾਵਾਂਗੇ। ਠੀਕ ਹੈ ਜੀ। 8 ਤਰੀਕ ਦਾ ਅਸੀਂ ਇਹਨੂੰ ਲਿਖਤੀ ਪੱਤਰ ਦਿੱਤਾ ਸੀਗਾ, ਅਤੇ ਅਸੀਂ 10 ਤਰੀਕ ਨੂੰ ਗਏ ਹਾਂ। ਠੀਕ ਹੈ ਜੀ। ਉੱਥੇ ਜਾ ਕੇ ਹੀ ਅੱਗੇ ਬਹਿ ਕੇ ਦੱਸ ਵੀ ਜੇ ਤੂੰ ਰਹਿਣਾ ਤਾਂ ਦੱਸ, ਜੇ ਤੂੰ ਜਾਣਾ ਤਾਂ ਦੱਸ, ਕਿ ਮਤਲਬ ਖਾਲੀ ਕੁਛ ਨਹੀਂ ਕਰਿਆ। ਇਹ ਕਹਿੰਦਾ ਜੀ ਮੈਂ ਨਗਰ ਦੀਆਂ ਨਗਰ ਦੇ ਅਲੋਟਮੈਂਟ ਕਰਕੇ ਵੀ ਲੋਕਾਂ ਨੂੰ ਇਕੱਠਾ ਕਰਦਾ, ਇਕੱਠਾ ਕਰਕੇ ਅਤੇ ਫਿਰ ਗੱਲ ਕਰਦਾ। ਸਾਡੇ ਪਿੰਡ ਦੇ ਪਾਰਟੀ ਬੰਦੀ ਅਤੇ ਧੜੇਬੰਦੀਆਂ ਦੇ ਵਿੱਚ ਆ ਕੇ ਉਸ ਪਾਰਟੀ ਦੇ ਨਾਲ ਲੱਗ ਕੇ ਅਤੇ ਸਾਨੂੰ ਲਾਉਣਾ ਚਾਹੁੰਦਾ। ਮੌਕੇ 'ਤੇ ਹੀ ਗੱਲ ਦਾ ਪਤਾ ਲੱਗਿਆ ਸਾਨੂੰ ਪਿੰਡ ਦੇ ਵਿੱਚ, ਜਿਹੜਾ ਉਹਨਾਂ ਨੇ ਦੱਸਿਆ ਵੀ ਗ੍ਰੰਥੀ ਸਿੰਘ ਨੇ, ਕੁਛ ਹੋਰ ਬੰਦਿਆਂ ਨੇ ਵੀ ਦੱਸਿਆ ਵੀ ਕਹਿੰਦਾ ਜਿਹੜਾ ਗੁਰਦੁਆਰੇ ਦਾ ਪ੍ਰਧਾਨ ਆ ਸਾਨੂੰ ਇਹ ਕਹਿੰਦਾ ਸੀ, ਕਹਿੰਦਾ ਵੀ ਸੰਗਤ ਰਾਜ ਕਰਦੇ ਆ, ਸੰਗਤ ਖਾਲੀ ਦੀ ਕਰਾਉਣਾ ਚਾਹੁੰਦੀ ਹੈ, ਇਹ ਗੱਲ ਹੋਈ ਸੀ। ਅਤੇ ਗੱਲ ਸੁਣੋ ਨਾ, ਸਾਡੇ ਕੋਲ ਜਿਹੜੀ ਆਈ ਹੈ ਨੌਲੇਜ 'ਚ, ਅਤੇ ਮੈਂ ਉਹਦੇ ਬਾਰੇ ਪੁੱਛਿਆ ਵੀ ਕਿਆ ਤੁਹਾਨੂੰ ਪ੍ਰਧਾਨ ਨੇ ਜਿਹੜੇ ਪਬਲਿਕ ਨੇ ਕਿਹਾ, ਤੁਸੀਂ ਕਿਹਾ ਇਸ ਗੱਲ ਵੀ ਸਾਰੀ ਸੰਗਤ ਵੀ ਹਾਂ ਵੀ ਪ੍ਰਧਾਨ ਨੇ ਕਿਹਾ ਵੀ ਸੰਗਤ ਦੇ ਨੌਲੇ ਆ, ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਕਹਿੰਦਾ ਜੀ ਇਹ ਸਾਰੀ ਸੰਗਤ ਪਿੰਡ ਦੇ ਕੋਈ ਨਹੀਂ ਕਿਹਾ, ਇਹ ਪ੍ਰਧਾਨ 2-3 ਬੰਦੇ ਆ, ਉਹਨਾਂ ਨੇ ਗੱਲ ਕਰੀ ਹੈ। ਆ ਪੂਰੀ ਕਮੇਟੀ ਸੀਗੀ, 7 ਮੈਂਬਰੀ ਸਾਡੀ ਕਮੇਟੀ ਹੈ, ਰਜਿਸਟਰਡ ਆ, ਪੂਰੀ ਪੰਚਾਇਤ ਨਾਲ ਸੀਗੀ ਜਿਸ ਟਾਈਮ ਇਹ ਗਏ ਸੀ, ਉੱਥੇ ਸਰਪੰਚ ਨਾਲ ਸੀ ਮੌਜੂਦਾ, ਸਾਬਕਾ ਸਰਪੰਚ ਵੀ ਨਾਲ ਸੀਗਾ, ਘੱਟੋ ਘੱਟ 20 ਬੰਦੇ ਸਨ ਉੱਥੇ। ਇਹਨੇ ਅਲੋਟਮੈਂਟ ਕਰਨ ਲੱਗਿਆ, ਮੈਂ ਇਹਨੂੰ ਰੋਕਿਆ, ਮੈਂ ਵੀ ਅਲੋਟਮੈਂਟ ਨਾ ਕਰਿਓ, ਬੇਟੇ ਕੋਲ ਚਾਬੀ ਸੀਗੀ, ਬੇਟਾ ਖੋਲ੍ਹਣ ਲੱਗਿਆ ਅਤੇ ਉਹਦੇ ਕੋਲ ਮੈਂ ਚਾਬੀ ਫੜ ਲਈ, ਮੈਂ ਵੀ ਸਾਡੇ ਕੰਮ ਨਹੀਂ ਕਰਨਾ, ਇਹ ਅਲੋਟਮੈਂਟ ਨਹੀਂ ਕਰਨੀ, ਅਤੇ ਬਹਿ ਕੇ ਆਪਾਂ ਗੱਲ ਕਰਦੇ। ਠੀਕ ਹੈ। ਇੰਨੇ 'ਚ ਇਹਨਾਂ ਨੇ ਜੋ ਮੇਰੇ 'ਤੇ ਐਲੀਗੇਸ਼ਨ ਲਾਏ ਨੇ ਇਹਦੀ ਅਗਲੀ ਕਾਰਵਾਈ ਕੀ ਚੱਲ ਰਹੀ ਹੈ ਤੁਹਾਡੀ? ਕਾਰਵਾਈ ਸਾਡਾ ਚੱਲ ਰਹੀ ਹੈ, ਪਿੰਡ ਦੇ ਮਿਲ ਬੈਠ ਕੇ ਸਮਝੌਤਾ ਕਰਨ ਦੀ ਚੱਲ ਰਹੀ ਹੈ, ਸਰਪੰਚ ਸਾਹਿਬ ਨੇ ਕਮੇਟੀ ਸਾਰੇ ਰਲ ਕੇ ਬੈਠ ਕੇ ਪਿੰਡ ਦੇ ਹੋਰ ਪਤਵੰਤੇ ਜਿਹੜੇ ਨੇ ਉਹ ਵੀ ਮਿਲ ਕੇ ਬੈਠ ਕੇ ਅਸੀਂ ਹੱਲ ਕਰ ਲੈਣਾ ਸਾਡਾ ਪਿੰਡ ਦਾ ਮਸਲਾ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਭਿੰਦਰ ਸਿੰਘ ਕਪੂਰ ਸਰਦਾਰ ਪ੍ਰੇਮ ਸਿੰਘ ਪਿੰਡ ਮੁਹਾਲੀਆਂ ਪਿੰਡ ਹਰਲਾਲਪੁਰੇ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ। ਸੋ ਇਹ ਇੱਕ ਵਿਵਾਦ ਛਿੜਿਆ। ਦਾਸ ਨੇ ਇੱਕ ਮਨਮਤ ਨੂੰ ਲੈ ਕੇ ਇੱਕ ਅਨਾਊਂਸਮੈਂਟ ਕੀਤੀ ਸੀ। ਉਹ ਅਨਾਊਂਸਮੈਂਟ ਸੀ ਕਿ ਜਿਹੜੇ ਪ੍ਰਬੰਧਕ ਨੇ ਇਹਨਾਂ ਨੇ ਮੈਨੂੰ ਆਖਿਆ ਕਿ ਸੰਗਤ ਇਤਰਾਜ਼ ਕਰਦੀ ਹੈ ਕਿ ਬਾਬਾ ਜੀ ਦੇ ਬੇਟੇ ਨਾਲ ਨਿਤਨੇਮ ਕਰਨ। ਭਾਈ ਮੈਂ ਚਾਹੁੰਦਾ ਆਪ ਜੀ ਦੇ ਬੱਚਿਆਂ ਨੂੰ ਵੀ ਸੰਥਿਆ ਦੇ ਕੇ ਅੰਮ੍ਰਿਤਧਾਰੀ ਬਾਣੀ ਦੇ ਲੜ ਲਾ ਰਿਹਾ ਅਤੇ ਤੁਸੀਂ ਤਾਂ ਮੇਰੇ ਬੱਚਿਆਂ ਨੂੰ ਰੋਕਣ ਲੱਗੇ। ਜਦਕਿ ਉਹ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਤੋਂ ਮੇਰਾ ਬੇਟਾ ਸੰਥਿਆ ਕਰਦਾ, ਵੱਡਾ ਬੇਟਾ ਅਵਿਨਾਸ਼ੀ ਸਿੰਘ ਪਾਸ ਰਾਗੀ ਸਿੰਘ ਤੋਂ ਕੀਰਤਨ ਦੀ ਸਿਖਲਾਈ ਲੈ ਰਿਹਾ ਹੈ। ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਜੇ ਸੰਗਤ ਪਹੁੰਚੀਏ ਅਤੇ ਮੈਂ ਸੰਗਤ ਨੂੰ ਬੇਨਤੀ ਕਰ ਲਵਾਂਗਾ ਜੀ ਵੀ ਅਸੀਂ ਤਾਂ ਰਲ ਮਿਲ ਕੇ ਤਿੰਨਾਂ ਜਾਣੇ ਨੇ ਡਿਊਟੀ ਨਿਭਾਉਣੀ ਆ, ਵੀ ਜੇ ਸੰਗਤ ਨੂੰ ਇਤਰਾਜ਼ ਹੈ ਤਾਂ ਸੰਗਰਾਮ ਤੋਂ ਆਪਣਾ। ਭਾਈ ਸਾਹਿਬ ਜੀ, ਜਿਹੜਾ ਚਾਬੀ ਖੋਣ ਦਾ ਮਸਲਾ ਸਾਹਮਣੇ ਆਇਆ, ਪੰਚਾਇਤ ਨੇ ਇਲਜ਼ਾਮ ਲਾਇਆ ਤੁਹਾਡੇ 'ਤੇ ਵੀ ਤੁਸੀਂ ਲੋਸਮੈਂਟ ਕਰਨ ਜਾ ਰਹੇ ਅਤੇ ਅਰਜੀ ਤੁਹਾਡੇ ਕੋਲ ਚਾਬੀ ਹੋਇਆ ਉਹ ਕਹਿੰਦਾ ਸੀ ਅਤੇ ਹੋਇਆ ਨਹੀਂ, ਵੀ ਇਹ ਮੇਨ ਮਸਲਾ ਵੀ ਗੱਲ ਕੀ ਸੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਮੇਨ ਮਸਲਾ ਜੀ ਇਹ ਸੀ, ਮੈਂ ਚਾਹੁੰਦਾ ਤਾਂ ਵੀ ਜਿਹੜੀ ਚਾਬੀ ਹੈ ਅਨਾਊਂਸਮੈਂਟ ਕਰਕੇ ਪਿੰਡ ਦੀ ਸਾਰੀ ਸੰਗਤ ਬੁਲਾਇਆ ਜਾਵੇ, ਉਹਨਾਂ ਦੇ ਸਾਹਮਣੇ ਚਾਬੀ ਇਹਨਾਂ ਨੂੰ ਸੌਂਪ ਦਿੱਤੀ ਜਾਵੇ, ਕਿਉਂਕਿ ਮੈਨੂੰ ਡਰ ਤਾਂ ਵੀ ਨਹੀਂ ਕਿਤੇ ਕੋਈ ਇਹੋ ਜਿਹਾ ਸਮਾਨ ਦੇ ਇੱਧਰ ਉੱਧਰ ਕਰ ਦੇਣ ਜਾਂ ਕੋਈ ਮੇਰੇ ਪਰ ਬਲੇਮ ਲਾ ਸਕਦੇ ਤੇ, ਅਤੇ ਮੈਂ ਸੰਗਤ ਦੇ ਸਾਹਮਣੇ ਚਾਬੀ ਦੇਣਾ ਚਾਹੁੰਦਾ ਬਸ ਇੰਨੀ ਕਿਹਾ। ਇਹ ਮਤਲਬ ਪ੍ਰੇਮ ਨਾਲ ਵੀ ਹੋ ਸਕਦਾ ਸੀ ਪਰ ਇਹਨਾਂ ਨੇ ਧੱਕਾ ਮੁੱਕੀ ਕਰਕੇ ਚਾਬੀ ਮੇਰੇ ਤੋਂ ਖੋਹੀ ਹੈ। ਇਹਨਾਂ ਦੇ ਮੈਂਬਰ ਵਿਕਰਮ ਸਿੰਘ ਨੇ ਉਹ ਚਾਬੀ ਇਸ ਟਾਈਮ ਸੀ ਤੁਹਾਡੇ ਕੋਲ ਕਿ ਉਹਨਾਂ ਦੇ ਕੋਲ? ਉਹ ਫਿਰ ਮਤਲਬ ਨਾ ਉਸ ਪ੍ਰਸ਼ਾਸਨ ਮਤਲਬ ਉਹਨਾਂ ਨੇ ਕਿਹਾ ਵੀ ਚਾਬੀ ਇਹ ਆਪ ਤੁਹਾਡੇ ਕੋਲ ਦੇ ਕੇ ਜਾਣਗੇ। ਵਿਕਰਮ ਸਿੰਘ ਦਾ ਬੇਟਾ ਮੈਨੂੰ ਆਪ ਚਾਬੀ ਦੇ ਗਿਆ, ਉੱਦਣ ਦੀ ਸੇਵਾ ਮੈਂ ਨਿਭਾ ਰਹੀ ਅਤੇ ਇਹ ਸੰਗਤ ਦੀ ਮੰਗ ਹੈ, ਮੇਰੀ ਕੋਈ ਮੰਗ ਨਹੀਂ। ਮੈਂ ਤਾਂ ਚਾਹੁੰਦਾ ਵੀ ਮੈਂ ਆਪਣਾ ਸਮਾਨ ਚੱਕਾਂ ਅਤੇ ਆਪਣੇ ਪਿੰਡ ਚਲੇ ਜਾਵਾਂ। ਅਤੇ ਸੰਗਤ ਕਹਿੰਦੀ ਨਹੀਂ ਬਾਬਾ ਜੀ ਵੀ ਜੇ ਗ੍ਰੰਥੀ ਰਹੋਗੇ ਤਾਂ ਤੁਸੀਂ ਰਹੋਗੇ, ਸੰਗਤ ਦੀ ਮੰਗ ਆ ਜੀ ਮੇਰੀ, ਪਰ ਪ੍ਰਸ਼ਾਸਨ ਕੁਛ ਸੁਣਦੇ। ਬਸ ਉਹਦੇ 'ਚ ਜਿਹੜਾ ਅਗਲਾ ਦੇਖਣ 'ਚ ਆਇਆ ਵੀ ਜਿਹੜੀ ਸੰਗਤ ਤੁਹਾਨੂੰ ਕਿਉਂ ਚਾਹੁੰਦੀ ਹੈ ਵੀ ਤੁਸੀਂ ਉਪਰਾਲਾ ਗੋਲੀ 'ਚ ਜਿਹੜੇ ਕੰਮ ਕਰਦੇ ਹਾਂ ਜਿਹੜਾ ਸੰਗਤ ਨੂੰ ਚਾਹੁੰਦੀ ਹੈ ਵੀ ਗੁਰਦੁਆਰੇ 'ਚ? ਉਹ ਜੀ ਇਹ ਆ ਵੀ ਇੱਕ ਤਾਂ ਦੇਖੋ ਬੱਚੇ ਚੰਗੇ ਪਾਸੇ ਲੱਗੇ ਨੇ ਬਹੁਤ, ਜਿਹੜੇ ਬੱਚੇ ਸੀ ਆਪਣਾ ਜੇ ਅੰਮ੍ਰਿਤ ਨਹੀਂ ਛਕਿਆ ਸੀ, ਨਸ਼ਾ ਕਰਦੇ ਸੀ, ਆਸੇ ਪਾਸੇ ਭੜਕਦੇ ਸੀ, ਅੱਜ ਉਹ ਹਾਂ ਜੀ ਇੱਕ ਬੱਚਾ ਲਾਈਨ 'ਚ ਲੱਗ ਗਏ ਲਵਪ੍ਰੀਤ ਸਿੰਘ, ਉਹਨੂੰ ਮਤਲਬ ਕਿ ਸੰਥਿਆ ਦੀ ਕਰਾਈ, ਧਾਰਮਿਕ ਚਿੰਤਾਵਾਂ ਕੰਮ ਕਰਾਈਆਂ, ਉਹ 21 ਪਿੰਡਾਂ 'ਚ ਉਪਾਸ਼ ਕਰਿਆ ਮੁੰਡਾ, ਅਤੇ ਬਾਕੀ ਇੱਧਰੋਂ ਹੋਰ ਵੀ ਬੱਚੇ ਆਉਂਦੇ ਸੀ ਸੇਵਾ ਕਰਦੇ ਸੀ। ਇਹ ਆਪਣੇ ਆਪ ਦੱਸਦੇ ਨੇ ਕਮੇਟੀ ਵਾਲੇ ਕਹਿੰਦੇ ਬਾਬਾ ਜੀ ਦਾ ਗ੍ਰੰਥੀ ਪਹਿਲਾਂ ਸੀ ਨਾ ਉਹ ਬੱਚਿਆਂ ਨੂੰ ਪੜ੍ਹਨ ਵੀ ਨਹੀਂ ਸੀ ਦਿੰਦਾ ਉਹਦੇ, ਅਤੇ ਅੱਜ ਤੁਸੀਂ ਹਰਾਲਪੁਰੇ ਜਾ ਕੇ ਦੇਖੋ ਵੀ ਕਿੰਨੀ ਸੰਗਤ ਆ, ਸਵੇਰੇ ਕਿੰਨੀ ਆਉਂਦੀ ਹੈ, ਸ਼ਾਮੀ ਕਿੰਨੀ ਆਉਂਦੀ ਆ,
ਬਸ ਇਹਨਾਂ ਨੂੰ ਤਾਂ ਸਿਰਫ ਇੱਕ ਅਨਾਊਂਸਮੈਂਟ ਦੂੰਗੀ, ਉਹ ਵੀ ਜਿਹੜੀ ਮਨਮਤ ਸਮਾਰਟ ਸੈਟ
ਸਮਾਰਟ ਸਾਊਂਡ ਯਾਰ ਇੱਕ ਸੀਟ ਸਾਨੂੰ ਤਾਂ ਮੰਗੀਆਂ ਦੇਣ ਲੱਗਿਆ ਮੈਂ, ਪਹਿਲੇ ਵੀ ਕੈਮਰਾ ਖੋਇਆ ਸੀ ਨਾ, ਹੁਣ ਵੀ ਖੋਲਾ। ਅੱਜ ਅਸੀਂ ਐਸ ਐਸ ਪੀ ਦਫ਼ਤਰ ਸਾਹਿਬ 'ਚ ਪਹੁੰਚੇ ਹਾਂ, ਜੋ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਅੰਦਰ ਜਾਣ ਤੋਂ ਰੋਕ ਰਹੇ ਨੇ। ਪਰ ਇਹ ਵੈਸੇ ਮਸਲਾ ਹਲਾਲਪੁਰੇ ਦਾ ਗੰਭੀਰਤਾ ਉੱਤੇ ਹੈ, ਜੋ ਕਿ ਸਾਨੂੰ ਰੋਕਿਆ ਜਾ ਰਿਹਾ। ਚਲੋ ਕੋਈ ਨਹੀਂ ਭਾਈ ਸਾਹਿਬ ਜੀ, ਅਸੀਂ ਇੱਥੇ ਲੈ ਲਾਂਗੇ। Smart sound. ਫਤਿਹਗੜ੍ਹ ਸਾਹਿਬ ਥਾਣਾ ਰੋਜਰ ਸਰੀਫ 'ਚ ਅਸੀਂ ਪਹੁੰਚੇ ਹਾਂ। ਸਾਨੂੰ ਪਤਾ ਲੱਗਿਆ ਸੰਗਤਾਂ ਵੱਲੋਂ ਅਤੇ ਸਤਿਕਾਰ ਕਮੇਟੀ ਵੱਲੋਂ, ਅੱਜ ਪੁਲਿਸ ਪ੍ਰਸ਼ਾਸਨ ਨੇ ਦੂਜੇ ਵਾਰੀ ਟਾਈਮ ਦਿੱਤਾ ਸੀ, ਇਹਨਾਂ ਨੂੰ ਬੁਲਾਇਆ ਗਿਆ। ਪਰ ਇਹ ਸਵੇਰ 10 ਵਜੇ ਤੋਂ ਪੁੱਠੇ ਪਾਉਣੇ ਲੋਕ ਬੈਠੇ ਨੇ, ਅਤੇ ਹੁਣ ਇਹਨਾਂ ਨੂੰ ਕੋਈ ਇਨਸਾਫ ਪੁਲਿਸ ਦੀ ਮਿਲ ਨਹੀਂ ਰਹੀ ਆ, ਜਿਹਦੇ ਕਰਕੇ ਭਾਈ ਸਾਹਿਬ ਦੀ ਸਤਿਕਾਰ ਕਮੇਟੀ ਵੱਲੋਂ ਇਹਨਾਂ ਦੀ ਟੀਮ ਆਇਆ ਅਤੇ ਉਹ ਕਹਿ ਰਹੇ, ਉਹਨਾਂ ਬਾਰੇ ਅਸੀਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ। ਇਹ ਭਾਈ ਸਾਹਿਬ ਜੀ ਗੁਰਜੀਤ ਸਿੰਘ ਜੀ ਖਾਲਸਾ ਜੀ, ਸਤਿਕਾਰ ਕਮੇਟੀ ਦਾ ਪ੍ਰਧਾਨ। ਅਸੀਂ ਅੱਜ ਸੰਗਤਾਂ ਜਿਹੜੀਆਂ ਪਿੰਡ ਵਾਲੀਆਂ ਬੇਬੀਆਂ ਵੀਰ ਭਾਈ ਸਾਰੇ ਜਿਹੜੇ ਨੇ,
ਕੀਤੇ ਨੇ, ਪਰ ਇੱਥੇ ਪੁਲਿਸ ਪ੍ਰਸ਼ਾਸਨ ਦੇ ਸਾਨੂੰ ਤਾਂ ਜ਼ਿੰਮੇ ਸਰਦਾਰੀ ਅੱਜ ਐਸ ਐਸ ਪੀ ਸਾਹਿਬ ਨੂੰ ਮਿਲ ਗਏ ਹਾਂ। ਉਹਨਾਂ ਤੋਂ ਬਾਅਦ ਉਹਨਾਂ ਐਸ ਪੀ ਡੀ ਏ ਖੱਟ ਸਾਹਿਬ ਉਹਨਾਂ ਨੂੰ ਐਪਲੀਕੇਸ਼ਨ ਲਾਤੀ ਸਾਡੀ ਜਿਹੜੀ ਧਾਰਾ 295 ਦੀ ਮੰਗ ਕੀਤੀ ਅਸੀਂ, ਕਿਉਂਕਿ ਗੁਰੂ ਸਾਹਿਬ ਨੇ ਵਜ਼ੀਰ ਨਾਲ ਧੱਕਾ ਮੁੱਕੀ ਜਿਹੜਾ ਕੀਤਾ ਉਹਦੀ ਇਹੀ ਧਾਰਾ ਬਣਦੀ, ਜਿਹੜੇ ਪ੍ਰਧਾਨ ਉਹਨਾਂ ਗੁਰਦੁਆਰਾ ਸਾਹਿਬ ਦੇ ਵਿਸ਼ਵਾਸ ਕੀਤੇ ਗਏ ਆ ਉਹਦੀ ਵੀ ਧਾਰਾ 295 ਲੱਗਦੀ ਹੈ। ਅਸੀਂ ਪਿੰਡ ਹਲਾਲਪੁਰ ਨੂੰ ਵੀ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਕਿ ਸਾਡੀ ਸ਼੍ਰੋਮਣੀ ਕਮੇਟੀ ਬਿਲਕੁਲ ਭੰਗ ਆ, ਜਿੰਨਾ ਚਿਰ ਅਗਲੀ ਕਮੇਟੀ ਨਹੀਂ ਬਣਦੀ ਗੁਰਸਿੱਖਾਂ ਦੀ, ਜਿਵੇਂ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੈ ਕਿ ਜਿਹੜੀ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਹੈ ਉਹ ਅਮਰਧਾਰੀ ਹੋਣੀ ਬਹੁਤ ਜ਼ਰੂਰੀ ਹੈ। ਸੋ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਐਲਾਨ ਕਰਦੇ ਹਾਂ ਕਿ ਪਿੰਡ ਹਲਾਲਪੁਰ ਦੀ ਜਿਹੜੀ ਕਮੇਟੀ ਉਹ ਬਿਲਕੁਲ ਭੰਗ ਆ, ਨਵੀਂ ਕਮੇਟੀ ਬਣਨ ਤੋਂ ਬਾਅਦ ਹੀ ਥਾਣੇ ਵਿੱਚ ਆਇਆ ਜਾਊਗਾ ਔਰ ਜਿਹੜਾ ਅਗਲੀ ਕਾਰਵਾਈ ਪ੍ਰਸ਼ਾਸਨ ਆਪਣੀ ਇਨਕੁਆਇਰੀ ਕਰਕੇ ਜਿਹੜੇ ਜਿਹੜੇ 7 ਮੈਂਬਰੀ ਕਮੇਟੀ ਦੇ ਵਿੱਚੋਂ ਮੈਂਬਰ ਹੈਗੇ ਨੇ ਜਿਨ੍ਹਾਂ 'ਤੇ ਧਾਰਾ ਬਣਦੀਆਂ ਨੇ ਉਹਨਾਂ 'ਤੇ ਧਾਰਾ 295 ਏ ਅਤੇ ਹੋਰ ਜਿਹੜੀਆਂ ਧਾਰਾ ਲੱਗਦੀਆਂ ਉੱਥੇ ਪਰਚਾ ਦਰਜ ਕੀਤਾ ਜਾਵੇ। ਪਿੰਡ ਦੀਆਂ ਸੰਗਤਾਂ ਵੱਲੋਂ ਵੀ ਇਹੀ ਕਿਹਾ ਗਿਆ ਵਾ, ਹੁਣੇ ਹੁਣੇ ਭੈਣਾਂ ਬੀਬੀਆਂ ਨੇ ਅਤੇ ਵੀਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਅੱਜ ਤੋਂ ਬਾਅਦ ਥਾਣੇ ਨਹੀਂ ਆਉਣਾ, ਪ੍ਰਸ਼ਾਸਨ ਚੱਲ ਕੇ ਸਾਡੇ ਹੁਣ ਪਿੰਡ ਆਊਗਾ ਔਰ ਸਰਕਾਰ ਕਮੇਟੀ ਵੀ ਉੱਥੇ ਹੀ ਪਹੁੰਚੂਗੀ ਅਤੇ ਬਾਬਾ ਜੀ ਉਹਨਾਂ ਚਿਰ ਪਿੰਡ 'ਚ ਹੀ ਰਹਿਣਗੇ ਜੇ ਅਗਲੀ ਕਮੇਟੀ ਬਣਨ ਤੱਕ। ਅਗਲੀ ਕਾਰਵਾਈ ਜਿਹੜੀ ਉਹ ਪਿੰਡ ਵਾਲੇ ਆਪ ਸੰਗਤਾਂ ਕਰਨਗੀਆਂ, ਸੰਗਤਾਂ ਤੋਂ ਵੱਡਾ ਕੋਈ ਨਹੀਂ ਹੈ, ਕਮੇਟੀ ਤਾਂ ਬੇਅਮਰਤੀ ਉਹ ਤਾਂ ਭੰਗ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।